ਭਾਜੀ ਤੁਹਾਨੂੰ ਦੱਸਦਾ ਰਹੇ ਵਿਆਹਾਂ ਜਿਹੜੇ ਗੁਰਦੁਆਰੇ ਲੈਣ ਵਾਲੇ ਵੀ ਨਹੀਂ ਰਹੇ ਉਹਨਾਂ ਦੇ, ਮੈਂ ਕਹਿੰਦਾ ਉਹਦਾ ਅੰਚ ਮੰਚ ਮੁੱਕ ਜਾਂਦਾ, ਜਿਹੜੇ ਗੁਰਦੁਆਰਿਆਂ ਦੇ ਮੁੱਲ ਲਾਉਂਦੇ, ਜਿਹੜੇ ਗੁਰਦੁਆਰੇ ਖਰੀਦਣ ਜੋਗੇ ਵੀ ਨਹੀਂ ਗਏ, ਔਕਾਤ ਵੀ ਕਿਸੇ ਦੀ ਭਾਜੀ ਇੰਨੀ ਕੋਈ ਗੁਰਦੁਆਰਾ ਖਰੀਦ ਵੀ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਅੰਦਰ ਭਾਜੀ, ਨਾ ਗੁਰਦੁਆਰੇ ਮੇਰੀ ਗੱਲ। ਹਾਂਜੀ ਮੈਂ ਭਾਜੀ ਤੁਹਾਨੂੰ ਗੱਲ ਹੀ ਮੁਕਾ ਦਿੱਤੀ, ਗੁਰਦੁਆਰਿਆਂ ਦਾ ਮੁੱਲ ਲਾਉਣ ਵਾਲੇ, ਉਹਨਾਂ ਦੇ ਵੇਚਣ ਦੀ ਜ਼ੁਬਾਨ ਕੱਢਣ ਵਾਲੇ, ਉਹਨਾਂ ਦਾ ਅੰਚ ਮੰਚ ਹੀ ਮੁੱਕ ਜਾਂਦਾ ਭਾਜੀ। ਇਹ ਤਾਂ ਬੜੀ ਵੱਡੀ ਜਗ੍ਹਾ, ਬੜੀ ਵੱਡੀ ਗੱਲ ਤੁਸੀਂ ਕਹਿਣ ਦੇ ਜੇ ਉਹ, ਮੈਂ ਭਾਜੀ ਤੁਹਾਨੂੰ ਗੱਲ ਹੀ ਮੁਕਾ ਦਿੱਤੀ, ਇਹ ਗੁਰਦੁਆਰਿਆਂ ਦਾ ਕੋਈ ਮੁੱਲ ਹੀ ਨਹੀਂ ਲਾ ਸਕਦਾ ਭਾਜੀ। ਮੈਂ ਕਿਹਾ ਭਾਜੀ ਦਰਗਾਹ ਹੋਵੇ, ਗੁਰਦੁਆਰਾ ਹੋਵੇ, ਮੰਦਰ ਹੋਵੇ, ਮਸੀਤ ਹੋਵੇ, ਮਸਾਣਾ ਹੋਣ, ਭਾਵੇਂ ਚਰਚ ਹੋਵੇ, ਭਾਜੀ ਉਹਦਾ ਕੋਈ ਮੁੱਲ ਹੀ ਨਹੀਂ ਲਾ ਸਕਦਾ। ਹੈਲੋ, ਹਾਂਜੀ ਕੌਣ ਜੀ? ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਹਾਂਜੀ ਭਾਜੀ, ਮੈਂ ਨਾ ਕਦੀ ਐਡ ਦੇਖੀ ਸੀ ਫੇਸਬੁੱਕ ਤੇ ਆਪਣੀ ਪ੍ਰੋਪਰਟੀ ਡੀਲਰ ਦੇ ਤੁਸੀਂ? ਹਾਂਜੀ ਹਾਂਜੀ ਭਾਜੀ, ਆਪਣਾ ਨਾ ਇੱਕ ਪਲਾਟ ਹੈਗਾ ਜੇ 90 ਗਜ਼ ਦਾ। ਹਾਂਜੀ ਹਾਂਜੀ, ਤੇ ਉਹ ਸੇਲ ਕਰਾਉਣਾ ਸੀ ਜੇ। ਕਿਹੜੀ ਜਗ੍ਹਾ ਭਾਜੀ? ਕੋਈ ਗੱਲ ਨੀ ਭਾਜੀ, ਕੀ ਭੂਤਮਪੁਰੇ ਅੰਦਰ ਬਾਰ ਪੈ ਜਾਂਦਾ? ਟਪਈ ਦੇ ਅੰਦਰ ਬਾਰ ਭਾਜੀ, ਗੁਰਦੁਆਰੇ ਕੋਲ ਭਾਜੀ, ਗੁਰਦੁਆਰਾ ਉਹ ਪ੍ਰੇਮ ਨਗਰ ਵੱਲ ਭਾਜੀ ਕਹਿਣ ਦੇ। ਹਾਂਜੀ ਉਹ ਸਾਈਡ ਪ੍ਰੇਮ ਨਗਰ ਭਾਜੀ ਪਿੱਛੇ ਆ ਜਾਂਦਾ। ਅੱਛਾ ਅੱਛਾ, ਚਲੋ ਕੋਈ ਗੱਲ ਨੀ ਭਾਜੀ, ਵੇਖ ਲਾਂਗੇ ਇੱਕ ਵਾਰੀ। ਤੇ ਕੀ ਭਾਜੀ? ਹਾਂਜੀ ਕੀ ਰੇਟ ਭਾਜੀ ਚੱਲ ਰਿਹਾ ਭਾਜੀ? ਤੁਸੀਂ ਪਲਾਟ ਤੁਸੀਂ ਸੇਲ ਕਰਨਾ ਆਪਣਾ, ਤੁਸੀਂ ਦੱਸੋ ਤੁਹਾਡਾ ਮਤਲਬ ਕੀ ਰੇਟ, ਕੀ ਜਗ੍ਹਾ ਤੁਹਾਡੀ ਹੈ, ਤੁਸੀਂ ਦੱਸੋਗੇ ਸਾਨੂੰ ਤੇ ਫੇਰ ਹੀ ਅੱਗੋਂ ਕੋਈ ਹੋਏਗਾ ਲੈਣ ਵਾਲਾ। ਪ੍ਰੋਪਰਟੀ ਡੀਲਰ ਤੇ ਭਾਜੀ ਤੁਸੀਂ ਜਨਾ ਕੀ ਰੇਟ ਕੀ ਕਰ ਰਹੇ ਸਾਡੀ ਦੇ ਜਗ੍ਹਾ ਭਾਜੀ? ਵੇਖੋ ਤੁਹਾਡੀ ਤੁਸੀਂ ਤੁਹਾਡੀ ਜਗ੍ਹਾ ਵਾ ਤੇ ਤੁਹਾਡੀ ਜਗ੍ਹਾ ਦਾ ਤੁਹਾਨੂੰ ਮੁੱਲ ਪਤਾ ਹੋਣਾ ਚਾਹੀਦਾ, ਤੁਸੀਂ ਕੀ ਹਿਸਾਬ ਨਾਲ ਕਿੰਨੇ ਪੈਸੇ ਲੈਣੇ ਆ, ਕਿਸ ਹਿਸਾਬ ਕੇ ਫੋਨ ਕੀਤਾ? ਹਾਂਜੀ ਉਧਰ ਤੇ ਭਾਜੀ ਜਿਵੇਂ ਅੱਗੇ ਜਗ੍ਹਾ ਵਾ 6,000, 5,500, 7,000, 8,000 ਅਲੱਗ ਅਲੱਗ ਭਾਅ ਚੱਲਦਾ ਨਾ ਭਾਜੀ। ਹੁਣ ਤੁਹਾਡੀ ਜਗ੍ਹਾ ਵਾ, ਤੁਹਾਡੀ ਮੇਨ ਤੇ ਜਗ੍ਹਾ ਵਾ ਜਾਂ ਪਿੱਛੇ ਜਗ੍ਹਾ ਵਾ, ਆਪਣੀ ਚੀਜ਼ ਦਾ ਮੁੱਲ ਤੁਸੀਂ ਆਪ ਲਾਓਗੇ, ਆਪਾਂ ਥੋੜੀ ਲਾ ਸਕਦੇ ਹੁੰਦਾ ਭਾਜੀ ਮੁੱਲ। ਫਿਰ ਅੱਗੋਂ ਜਿਹੜਾ ਪਾਰਟੀ ਕੋਈ ਲੈਣ ਵਾਲੀ ਹੋਏਗੀ ਉਹ ਵੇਖੇਗੀ, ਉਹਨੂੰ ਪਸੰਦ ਆਏਗਾ ਤੇ ਫੇਰ ਹੀ ਭਾਜੀ ਗੱਲ ਹੋਏਗੀ ਅੱਗੇ। ਕਿਹੜੇ ਪਾਸੇ ਭਾਜੀ ਤੁਹਾਨੂੰ ਉਹਦੇ ਪਾਸੇ ਜਿਹੜੀ ਹੈਗੀ ਜਗ੍ਹਾ ਕਿੱਥੇ ਹੈਗੀ ਹੈ ਜਿੱਥੇ ਮਤਲਬ ਕਿ ਤੁਹਾਨੂੰ ਪਤਾ ਹੈ ਕਿ ਗੱਜ ਦਾ ਰੇਟ ਚੱਲ ਰਿਹਾ? ਹਾਂਜੀ ਸਸਤੀ ਜਗ੍ਹਾ ਹੈ, ਤੁਸੀਂ ਮੇਰੀ ਗੱਲ ਸੁਣੋ, ਸ਼ਿਵਾ ਇਨਕਲੇਵ ਤੇ ਤੁਹਾਨੂੰ ਪਲਾਟ ਚਾਹੀਦਾ, ਸ਼ਿਵਾ ਇਨਕਲੇਵ ਤੇ ਤੁਹਾਨੂੰ ਪਲਾਟ ਦਵਾ ਦਈਏ 7,500 ਦੇ ਹਿਸਾਬ ਨਾਲ ਵੀ ਹੈ, 9,000 ਦੇ ਹਿਸਾਬ ਨਾਲ ਵੀ, 8,000 ਦੇ ਹਿਸਾਬ ਨਾਲ ਵੀ ਹੈ। ਤੁਸੀਂ ਦੱਸੋ ਸ਼ਿਵਾ ਇਨਕਲੇਵ ਤੇ ਗ੍ਰੈਂਡ ਸਿਟੀ ਚ ਚਾਹੀਦਾ ਤੁਹਾਨੂੰ? ਗ੍ਰੈਂਡ ਸਿਟੀ ਸ਼ਿਵਾ ਇਨਕਲੇਵ ਭਾਜੀ ਪੈਂਦੀ ਜੇ ਉਧਰ ਪੈਂਦੀ ਭਾਜੀ, ਗ੍ਰੈਂਡ ਸਿਟੀ ਤੋਂ ਅੱਗੇ, ਡ੍ਰੀਮ ਸਿਟੀ ਤੋਂ ਅਗਲੇ ਪਾਸੇ। ਜੇ ਤੁਹਾਨੂੰ ਗ੍ਰੈਂਡ ਚ ਚਾਹੀਦਾ ਗ੍ਰੈਂਡ ਚ ਦਵਾ ਦਿੰਦੇ ਹਾਂ, ਤੁਸੀਂ ਦੱਸੋ ਤੁਹਾਨੂੰ ਕਿੱਥੇ ਚਾਹੀਦਾ ਪਲਾਟ, ਉੱਥੇ ਦਵਾ ਦਿੰਦੇ ਭਾਜੀ। ਭਾਜੀ ਜਿਹੜਾ ਗੁਰਦੁਆਰਾ ਹੈ ਨਾ ਗੁਲਾਟੀ ਦੀ ਦੁਕਾਨ, ਹਾਂਜੀ ਹਾਂਜੀ ਉਹਦੇ ਲਾਗੇ ਚਾਹੀਦਾ ਭਾਜੀ, ਉਹਦੇ ਲਾਗੇ ਚਾਹੀਦਾ। ਤੁਸੀਂ ਵਾਕਫ ਵੀ ਬੋਲਦੇ ਪਏ ਲੱਗਦਾ ਆਪਣੇ। ਹਾਂਜੀ ਤੁਹਾਡੇ ਏਰੀਏ ਦੇ ਹੀ ਹੈ ਭਾਜੀ। ਕੀ ਨਾਮ ਜੇ ਭਾਜੀ ਆਪਣਾ, ਜਾਣਦੇ ਆਪਾਂ ਨੂੰ ਭਾਜੀ ਤੁਸੀਂ? ਹਾਂਜੀ ਹਾਂਜੀ ਭਾਜੀ, ਹਾਂਜੀ। ਕਿੱਥੇ ਕਰਕੇ ਤੁਸੀਂ, ਘਰ ਦੇ ਕੋਲ ਰਹਿੰਦੇ ਜਾਂ ਕਿੱਥੇ ਰਹਿੰਦੇ ਜੇ? ਨਾਲ ਹੀ ਭਾਜੀ 6 ਨੰਬਰ ਗਲੀ ਚ। 6 ਨੰਬਰ ਗਲੀ ਚ, ਨਵੇਂਕੋਟ ਦੀ 6 ਨੰਬਰ ਗਲੀ ਚ? ਹਾਂਜੀ ਹਾਂਜੀ। ਕੋਈ ਗੱਲ ਨੀ ਭਾਜੀ, ਤੁਹਾਡਾ ਵੀ ਆਹੀ ਕੰਮ ਲੱਗਦਾ ਮੈਨੂੰ ਪ੍ਰੋਪਰਟੀ ਡੀਲਰ ਦਾ ਜੀ? ਨਹੀਂ ਭਾਜੀ ਮੇਰਾ ਸੁਨਹਿਰਾ ਕੰਮ ਦੇ। ਅੱਛਾ ਅੱਛਾ, ਕੋਈ ਗੱਲ ਨੀ ਭਾਜੀ, ਤੁਹਾਨੂੰ ਜੇ ਪਹਾੜੀਆਂ ਦੇ ਗੁਰਦੁਆਰੇ ਚਾਹੀਦਾ, ਪਹਾੜੀਆਂ ਦੇ ਗੁਰਦੁਆਰੇ ਇੱਕ ਮੇਨ ਤੇ ਵੀ ਮਕਾਨ ਵਿਕਦਾ ਪਿਆ ਵਾ, ਪਵਨ ਖੱਤਰੀ ਹੋਣਾ ਦਾ ਹੈਗਾ ਵਾ, ਜੇ ਤੁਸੀਂ ਉਹ ਲੈਣਾ ਤੁਹਾਨੂੰ ਉਹ ਦਵਾ ਦਿੰਦੇ ਆ, ਤੁਸੀਂ ਲੈਣ ਵਾਲੇ ਬਣੋ ਭਾਈ। ਜੇ ਗੁਰਦੁਆਰੇ ਜਗ੍ਹਾ ਸਾਨੂੰ ਚਾਹੀਦੀ ਹੈ, ਗੁਰਦੁਆਰੇ ਦੀ ਜਗ੍ਹਾ ਚਾਹੀਦੀ, ਫਿਰ ਬਾਬੇ ਨਾਲ ਗੱਲ ਕਰ ਲਓ ਨਾ ਭਾਈ ਤੁਸੀਂ, ਗੁਰਦੁਆਰੇ ਭਾਜੀ ਵਿਕਦੇ ਨਹੀਂ ਹੁੰਦੇ। ਹਾਂਜੀ
ਸੇਲ ਚ ਲਾਇਆ ਭਾਜੀ? ਗੁਰਦੁਆਰੇ ਵਿਕਦੇ ਨੀ ਹੁੰਦੇ, ਠੀਕ ਹੈ ਭਾਜੀ, ਤੁਸੀਂ ਜਿਆਦਾ ਸਿਆਣੇ ਲੱਗਦੇ ਜੀ ਮੈਨੂੰ, ਗੁਰਦੁਆਰੇ ਵੀਰ ਜੀ ਵਿਕਦੇ ਨੀ ਹੁੰਦੇ। ਹਾਂਜੀ ਗੁਰਦੁਆਰੇ ਵਿਕਦੇ ਹੀ ਨੀ ਹੁੰਦੇ ਜਾਨ ਜੀ, ਗੁਰਦੁਆਰੇ ਵਿਕਦੇ ਹੀ ਨੀ ਹੈਗੇ। ਤੁਹਾਨੂੰ ਕਿੰਨੇ ਕਿਹਾ ਗੁਰਦੁਆਰਿਆਂ ਦਾ ਮੁੱਲ ਲਾਉਣ ਵਾਲੇ ਆਪ ਵੀ ਨੀ ਰਹਿੰਦੇ ਤੇ ਜਿਹੜੇ ਲਾਉਂਦੇ ਉਹ ਵੀ ਨੀ ਰਹਿੰਦੇ। ਉਹ ਭਾਜੀ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ, ਨੰਬਰ ਤੁਹਾਨੂੰ ਦੇ ਚਾਹੀਦਾ ਸੀ। ਲਾਇਓ ਭਾਜੀ ਕਾਨਫਰੰਸ, ਹੈ ਕਾਨਫਰੰਸ ਲਵਾ ਦਿਓ ਭਾਈ, ਤੁਹਾਨੂੰ ਮਿਲ ਕੇ ਗੱਲ ਕਰ ਲੈਂਦੇ ਆਪਾਂ, ਗੁਰਦੁਆਰੇ ਵੇਚਣ ਵਾਲੇ ਵੀ ਨੀ ਰਹੇ ਭਾਜੀ ਤੇ ਜਿਹੜੇ ਮੁੱਲ ਲਾਉਂਦੇ ਉਹ ਵੀ ਨੀ ਰਹੇ, ਠੀਕ ਹੈ ਨਾ। ਗੁਰਦੁਆਰਿਆਂ ਦੇ ਕਦੇ ਮੁੱਲ ਨੀ ਲੱਗਦੇ ਹੁੰਦੇ ਭਾਜੀ, ਤੁਸੀਂ ਸਿਆਣੇ, ਸਾਡੇ ਤੋਂ ਜਿਆਦਾ ਸਿਆਣੇ ਹੋ ਸਕਦੇ ਤੁਸੀਂ। ਹਾਂਜੀ ਹਾਂਜੀ ਹੋਰ ਹਾਂਜੀ, ਤੁਹਾਡਾ ਸੌਦਾ ਕਰਾ ਦਈਏ। ਹਾਂਜੀ ਤੁਹਾਡਾ ਸੌਦਾ ਕਰਾ ਦਈਏ। ਮੇਰਾ ਕਾਹਦਾ ਸੌਦਾ ਕਰਾਉਣਾ ਸੀ ਭਾਜੀ, ਗੁਰਦੁਆਰੇ ਦਾ ਸੌਦਾ ਉਹ ਮੈਂ ਭਾਜੀ, ਮੇਰਾ ਕਾਹਦਾ ਸੌਦਾ ਕਰਾਓਗੇ ਆਪਾਂ? ਗੁਰਦੁਆਰੇ ਦੇ ਮੁੱਲ ਲਾਉਂਦੇ ਜਿਹੜੇ ਗੁਰਦੁਆਰੇ ਖਰੀਦਣ ਜੋਗੇ ਵੀ ਨੀ ਹੈਗੇ, ਔਕਾਤ ਹੀ ਨੀ ਕਿਸੇ ਦੀ ਭਾਜੀ ਇੰਨੀ ਕੋਈ ਗੁਰਦੁਆਰਾ ਖਰੀਦ ਵੀ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਅੰਦਰ ਭਾਜੀ, ਨਾ ਗੁਰਦੁਆਰੇ। ਮੇਰੀ ਗੱਲ ਹਾਂਜੀ, ਦਰਗਾਹ ਲੈਣੀ ਜੀ ਮੈਂ ਭਾਜੀ, ਤੁਹਾਨੂੰ ਗੱਲ ਹੀ ਮੁਕਾਤੀ। ਗੁਰਦੁਆਰਿਆਂ ਦਾ ਮੁੱਲ ਲਾਉਣ ਵਾਲੇ, ਉਹਨਾਂ ਦੇ ਵੇਚਣ ਦੀ ਜ਼ਬਾਨ ਕੱਢਣ ਵਾਲੇ, ਉਹਨਾਂ ਦਾ ਅੰਸ਼ਮੰਸ਼ ਹੀ ਮੁੱਕ ਜਾਂਦਾ ਭਾਜੀ। ਇਹ ਤੇ ਬੜੀ ਵੱਡੀ ਜਗ੍ਹਾ, ਬੜੀ ਵੱਡੀ ਗੱਲ ਤੁਸੀਂ ਕਹਿਣ ਦੇ ਜੇ, ਠੀਕ ਹੈ ਨਾ। ਉਹ ਭਾਜੀ ਸਭ ਕੁਛ ਮੈਂ ਕਹਿੰਦਾ ਵਾ ਭਾਜੀ, ਕੋਈ ਗੱਲ ਨੀ, ਫੇਰ ਕੀ ਆ ਭਾਜੀ, ਦੱਸੋ ਹੈਗੀ ਏ ਤੇ ਵਧੀਆ ਗੱਲ ਹੈਗੀ, ਹੋਣੀ ਚਾਹੀਦੀ ਏ। ਹਾਂਜੀ ਦਵਾਓ ਯਾਰ ਜਗ੍ਹਾ, ਹੈ ਦਵਾਓ ਪਾਰਟੀ ਹੋਣ ਵਾਲੀ ਭਾਜੀ ਜਗ੍ਹਾ ਚਾਹੀਦੀ ਜੀ। ਕੋਈ ਗੱਲ ਨੀ ਭਾਜੀ, ਕੋਈ ਗੱਲ ਨੀ, ਤੁਹਾਨੂੰ ਮਿਲ ਕੇ ਗੱਲ ਕਰ ਲੈਣੇ। ਤੁਸੀਂ ਕਿੱਥੇ ਤੁਹਾਡੀ ਰਿਹਾਇਸ਼ ਕਿਤੇ ਸ਼੍ਰੀਨਗਰ ਗੜੀ ਚ ਕਿੱਥੇ ਕਰਕੇ ਘਰ ਤੁਹਾਡਾ ਭਾਜੀ? ਹਾਂਜੀ 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 ਉਹਦੇ ਲਾਗੇ, ਉਹਦੇ ਲਾਗੇ ਘਰ ਦੇ ਲਾਗੇ ਰਹਿੰਦੇ ਜੀ। ਹਾਂਜੀ ਕੋਈ ਗੱਲ ਨੀ, ਮਿਲ ਲੈਣੇ ਤੁਹਾਨੂੰ ਭਾਜੀ। ਕੀ ਨਾਂ ਤੁਹਾਡਾ? ਹਾਂਜੀ ਕੋਈ ਗੱਲ ਨੀ, ਮਿਲ ਲੈਣੇ ਤੁਹਾਨੂੰ, ਨੰਬਰ ਸੇਵ ਕਰ ਲਓ ਤੁਸੀਂ ਤੁਹਾਡਾ ਵੀ, ਨੰਬਰ ਸੇਵ ਕਰ ਲੈਣਾ, ਤੁਹਾਨੂੰ ਮਿਲ ਲੈਣਾ ਮਾਨ ਕੇ, ਠੀਕ ਹੈ? ਗੁਰਦੁਆਰਿਆਂ ਦਾ ਕੋਈ ਮੁੱਲ ਨੀ ਲਾ ਸਕਦਾ ਭਾਜੀ, ਠੀਕ ਹੈ ਨਾ। ਖਰੀਦਣ ਵਾਲੇ ਵੀ ਨੀ ਰਹੇ ਗੁਰਦੁਆਰੇ। ਮੈਂ ਕਿਹਾ ਭਾਜੀ, ਦਰਗਾਹ ਹੋਵੇ, ਗੁਰਦੁਆਰਾ ਹੋਵੇ, ਮੰਦਿਰ ਹੋਵੇ, ਮਸੀਤ ਹੋਵੇ, ਮਸਾਣਾ ਹੋਣ, ਭਾਵੇਂ ਚਰਚ ਹੋਵੇ ਭਾਜੀ, ਉਹਦਾ ਕੋਈ ਮੁੱਲ ਹੀ ਨੀ ਲਾ ਸਕਦਾ। ਗੱਲ ਹੀ ਤੁਹਾਨੂੰ ਮੰਗਾਤੀ ਏ ਤੇ ਫੇਰ ਦੱਸੋ ਮਸਾਣਾ ਵੀ ਲੈਣੀ ਉਹ ਜੋ ਮਰਜ਼ੀ ਹੋਵੇ ਭਾਜੀ, ਆਪਾਂ ਲੈਣੀਆਂ ਨੀ।